ਤੱਕ ਪਹੁੰਚਣ ਦਾ ਸਫ਼ਰ, ਮੈਂ ਤੁਹਾਨੂੰ ਸੱਚੀ ਦੱਸਾਂ, ਮੈਨੂੰ ਇੱਦਾਂ ਲੱਗਦਾ ਵੀ ਰੱਬ 'ਤੇ ਵਿਸ਼ਵਾਸ ਹੈ ਮੈਨੂੰ ਬਹੁਤ ਜ਼ਿਆਦਾ, ਅਤੇ ਮੈਨੂੰ ਪਤਾ ਨਹੀਂ ਲੱਗਿਆ ਅੱਜ ਤੱਕ ਕਿ ਵੀ ਜਿਹੜੀ ਚੀਜ਼ ਮੇਰੇ ਲਈ ਲਿਖੀ ਹੈ ਨਾ ਉਹ ਮੇਰੇ ਤੱਕ ਆਪ ਪਹੁੰਚ ਜਾਂਦੀ ਹੈ। ਮੈਂ ਸੀਰੀਅਸਲੀ ਇਹੋ ਜਿਹਾ ਕਦੇ ਮਤਲਬ ਲਾਈਕ ਕੋਈ ਉਹ ਹਾਂ ਇਹ ਵੀ ਇਹੀ ਸੀ, ਅਤੇ ਮੈਂ ਕਦੇ ਇੱਦਾਂ ਨਹੀਂ ਕੀਤਾ ਵੀ ਲਾਈਕ ਕਿਸੇ ਨਾਲ ਜ਼ਿਆਦਾ ਲਾਈਕ ਉੱਠ ਬੈਠ ਰਹੇ ਹਾਂ ਜਸਟ ਬਿਕੋਜ਼ ਆਫ ਫੋਰ ਦ ਸੇਕ ਆਫ ਵਰਕ ਔਰ ਸਮਥਿੰਗ ਲਾਈਕ ਦੈਟ। ਇਹੋ ਜਿਹਾ ਕੁਛ ਵੀ ਨਹੀਂ ਹੈ ਮੈਨੂੰ ਅੱਜ ਤੱਕ, ਜਿੰਨੀਆਂ ਚੀਜ਼ਾਂ ਔਫਰ ਹੋਈਆਂ ਬਾਈ ਗੋਡਸ ਗ੍ਰੇਸ ਆਪ ਹੀ ਔਫਰ ਹੋ ਗਈਆਂ ਸੀਰੀਅਸਲੀ। ਪਰ ਜਦੋਂ BNG ਐਕਟ ਕਰਦੇ ਸੀ ਨਾ ਫਿਲਮ ਦੇ ਵਿੱਚ ਤਾਂ ਅਸੀਂ ਕਈ ਵਾਰੀ ਕੱਟ ਕਹਿਣਾ ਭੁੱਲ ਜਾਂਦੇ ਸੀ, ਅਸੀਂ ਆਪ ਹੀ ਸ਼ਰਾਰਤਾਂ ਕਰਨ ਲੱਗ ਪੈਂਦੇ, ਹੱਸਣ ਲੱਗ ਪੈਂਦੇ ਜੋ ਐਂ ਦੇਖਦੇ ਸੀ ਹੋ ਗਿਆ ਮੇਰਾ, ਹਾਂਜੀ ਹੋ ਗਿਆ, ਮਤਲਬ ਇਹੋ ਜਿਹਾ ਹਿਸਾਬ ਹੋ ਜਾਂਦਾ ਸੀਗਾ। DI ਕਰਦੇ ਵਿਚਾਰੇ ਨੇ, ਮੈਨੂੰ ਲੱਗਦਾ 100 ਘੰਟੇ ਦਾ ਕੰਮ ਹੁੰਦਾ DI ਨੇ, ਤੇ ਚੱਕਰ 'ਚ ਮੈਨੂੰ ਲੱਗਦਾ 120 ਘੰਟੇ ਲੱਗਦੇ ਫਿਰ ਮਾਮਲਾ ਗੜਬੜ ਹੈ। 29 ਮਾਰਚ ਨੂੰ ਸਾਗਰ ਮਿਲੂਗਾ ਵੋਟੀ ਦੇ ਨਾਲ। ਸਤਿ ਸ਼੍ਰੀ ਅਕਾਲ ਜੀ, ਪੰਜਾਬ ਪਲੱਸ TV ਦੇਖ ਰਹੇ ਹੋ ਤੁਸੀਂ, ਮੈਂ ਆਕਾਂਕਸ਼ਾ ਸੋਢੀ ਅਤੇ ਮੇਰੇ ਨਾਲ ਮੌਜੂਦ ਨੇ ਜੀ ਇਸ ਟਾਈਮ 29 ਮਾਰਚ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਫਿਰ ਮਾਮਲਾ ਗੜਬੜ ਹੈ, ਉਹਦੇ ਡਾਇਰੈਕਟਰ ਸਾਹਿਬ ਅਤੇ ਤੁਹਾਡੇ ਸਭ ਦੀ ਫੇਵਰੇਟ, ਸਭ ਦੀ ਪਿਆਰੀ, ਸਾਡੇ ਅਗਰ ਮੈਂ ਗੱਲ ਕਰਾਂ ਸੋਸ਼ਲ ਮੀਡੀਆ 'ਤੇ ਜਿਨ੍ਹਾਂ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੰਦੇ ਹੋ, ਭੂਮਿਕਾ ਸ਼ਰਮਾ ਜੀ, ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਭੂਮਿਕਾ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ? ਬਹੁਤ ਵਧੀਆ, ਤੁਸੀਂ ਦੱਸੋ? ਮੈਂ ਬਹੁਤ ਵਧੀਆ। ਦੋ ਸ਼ਰਮਾ ਸਾਡੇ ਕੋਲ, ਸ਼ਰਮਾ ਸਕੁਆਇਰ ਸਾਡੇ ਕੋਲ ਅੱਜ ਮੌਜੂਦ ਨੇ। ਪਹਿਲੇ ਸਰ, ਡਾਇਰੈਕਟਰ ਸਾਹਿਬ ਜੀ, ਤੁਸੀਂ ਦੱਸੋ ਕਿ ਫਿਰ ਮਾਮਲਾ ਗੜਬੜ ਹੈ 29 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ, ਬਤੌਰ ਡਾਇਰੈਕਟਰ ਕਿੰਨੀਆਂ ਕੁ ਉਮੀਦਾਂ ਨੇ ਇਸ ਫਿਲਮ ਤੋਂ, ਆਡੀਅੰਸ ਤੋਂ ਕੀ ਐਕਸਪੈਕਟੇਸ਼ਨਸ ਹੈ, ਕਿਉਂਕਿ 29 ਮਾਰਚ ਨੂੰ ਆਲਰੇਡੀ ਹੋਰ ਵੀ ਕਈ ਫਿਲਮਸ ਜਿਹੜੀਆਂ ਰਿਲੀਜ਼ ਹੋ ਰਹੀਆਂ ਨੇ, ਇੱਕ ਦਿਲ 'ਚ ਤੱਕ ਵੀ ਹੁੰਦੀ ਹੈ ਨਾ, ਸੋ ਆਡੀਅੰਸ, ਕਿਉਂਕਿ ਅੱਛਾ ਮੈਂ ਪਹਿਲਾਂ ਵੀ ਦੂਸਰੀ ਇੰਟਰਵਿਊ ਦੇ ਵਿੱਚ ਵੀ ਇਹੀ ਗੱਲ ਕਰ ਰਹੀ ਸੀ ਕਿ ਸਾਡੇ ਪੰਜਾਬੀ ਸਿਨੇਮਾ ਦਾ ਜਿਹੜਾ ਇੱਕ ਔਥੈਂਟਿਸਿਟੀ ਵਾਲਾ ਟੱਚ ਸੀਗਾ ਨਾ, ਮਲਟੀ ਸਟਾਰਰ ਕੈਰੈਕਟਰਸ, ਉਹ ਇੱਕ ਕਾਮੇਡੀ, ਉਹ ਇਹ 'ਚ ਦੇਖਣ ਨੂੰ ਮਿਲ ਰਿਹਾ, ਸੋ ਦਰਸ਼ਕਾਂ ਤੋਂ ਕਿੰਨੀ ਕੁ ਉਮੀਦਾਂ ਨੇ? ਆਪਦੇ ਬੱਚੇ ਤੋਂ ਸਾਰਿਆਂ ਨੂੰ ਉਮੀਦਾਂ ਹੁੰਦੀਆਂ, ਅਤੇ ਮੈਨੂੰ ਲੱਗਦਾ ਰੱਖਣੀਆਂ ਵੀ ਚਾਹੀਦੀਆਂ। ਬਾਕੀ ਇਹ ਜਿਵੇਂ ਤੁਸੀਂ ਕਿਹਾ ਕਿ ਬਿਲਕੁਲ ਅਲੱਗ ਦਿਖ ਰਿਹਾ, ਹਾਂ ਇਹ ਫਿਲਮ ਮੈਨੂੰ ਇਹ ਲੱਗਦਾ ਚਾਹੇ ਭੀੜ ਦੇ ਵਿੱਚ ਆ ਰਹੀ ਹੈ, ਲੇਕਿਨ ਭੀੜ ਦੇ ਵਿੱਚ ਅਲੱਗ ਦਿਖ ਰਹੀ ਹੈ, ਇਹ ਤਾਂ ਤੁਸੀਂ ਮੰਨਦੇ ਹੋ ਨਾ? ਟ੍ਰੇਲਰ ਵੀ ਦੇਖ ਲਓ, ਪੋਸਟਰ ਦੇਖ ਲਓ, ਕੋਸਟਿਊਮ ਦੇਖ ਲਓ, ਮੇਕਅਪ ਦੇਖ ਲਓ, ਸਟਾਈਲ ਦੇਖ ਲਓ, ਗਾਣੇ ਦੇਖ ਲਓ, ਬਿਲਕੁਲ ਤੁਹਾਨੂੰ ਆਊਟ ਆਫ ਬਾਕਸ ਮਿਲਣਗੇ। ਅੱਛਾ, ਕੋਸਟਿਊਮਸ ਜਦੋਂ ਗੱਲ ਆ ਰਹੀ ਹੈ, ਮੈਂ ਹੁਣੇ ਹੀ ਨਾ ਥੋੜ੍ਹੇ ਦੇਰ ਤੁਹਾਡੇ ਤੋਂ ਆਉਣ ਤੋਂ ਪਹਿਲਾਂ ਨਾ ਮੈਂ ਸੱਚੀ ਕਹਿ ਕੇ ਹਟੀ, ਮੈਂ ਕਿਹਾ ਨਿੰਜਾ ਜੀ ਉੱਦਾਂ ਤਾਂ ਚਲੋ ਬਹੁਤ ਸੋਹਣੇ, ਰੱਬ ਨੇ ਬਹੁਤ ਇਹਨਾਂ ਨੂੰ ਹੈ ਨਾ ਹੁਸਨ ਬਖਸ਼ਿਆ, ਲੇਕਿਨ ਮੈਂ ਕਹਿ ਰਹੀ ਸੀ, ਮੈਂ ਕਿਹਾ ਦੇਖੋ ਲੁੱਕ ਇੰਨੀ ਪਿਆਰੀ ਦਿੱਤੀ ਹੈ ਕਿ ਇੱਥੇ ਬੈਠੇ ਸੱਚੀ ਉੱਦਾਂ ਲੱਗ ਰਿਹਾ ਕਿ ਕੋਈ ਮਤਲਬ ਨਾ ਲੇਡੀ ਬੈਠੀ ਹੋਈ ਆ, ਔਰ ਮਤਲਬ ਬਹੁਤ ਪਿਆਰੀ ਲੁੱਕ ਦਿੱਤੀ, ਔਰ ਸਾਰਾ ਕੋਸਟਿਊਮ ਦਾ ਅਤੇ ਮੇਕਅਪ ਦਾ ਹੀ ਕਮਾਲ ਹੁੰਦਾ। ਸੋ ਭੂਮਿਕਾ ਜੀ, ਆਪਣੇ ਕਿਰਦਾਰ ਬਾਰੇ ਥੋੜ੍ਹਾ ਦੱਸੋ। ਮੈਂ ਤਾਂ ਜਿੰਨਾ ਘੱਟ ਹੋ ਸਕੇ ਉਨਾ ਘੱਟ ਦੱਸੂ, ਕਿਉਂਕਿ ਇਟਸ ਲਿਟਲ ਬਿਟ ਸਸਪੈਂਸਿਵ, ਅਤੇ ਮੈਨੂੰ ਇਹ ਕਿ ਵੀ ਸਾਰੇ ਵਿਊਅਰਸ ਜਿਹੜੇ ਹੈਗੇ ਆ ਉਹ ਸਾਰੇ ਉੱਧਰ ਜਾ ਕੇ ਥੀਏਟਰ 'ਚ ਜਾ ਕਰ ਹੀ ਦੇਖਣ 'ਤੇ ਜ਼ਿਆਦਾ ਵਧੀਆ ਲੱਗੂਗਾ। ਚਲੋ ਇਹ ਤਾਂ ਦੱਸ ਦਿਓ ਕਿ ਫਿਲਮ ਤੁਹਾਡੇ ਤੱਕ ਪਹੁੰਚੀ ਕਿੱਦਾਂ, ਇਹ ਸਕ੍ਰਿਪਟ ਤੁਹਾਡੇ ਤੱਕ ਕਿੱਦਾਂ ਪਹੁੰਚੀ, ਇਹ ਸਾਰੀ ਜਰਨੀ, ਕਿਉਂਕਿ ਅੱਜ ਅਸੀਂ ਤੁਸੀਂ ਫਿਲਮ ਪਹਿਲੇ ਸਕ੍ਰਿਪਟ ਪੜ੍ਹੀ ਹੋਏਗੀ, ਇਹ ਫਿਲਮ ਦੀ ਰਿਲੀਜ਼ ਹੋਣਾ ਬਹੁਤ ਲੰਬੀ ਜਰਨੀ ਹੁੰਦੀ ਹੈ, ਪਹਿਲੇ ਸਕ੍ਰਿਪਟ ਪਹੁੰਚਦੀ ਹੈ, ਫਿਰ ਲੁੱਕ ਟੈਸਟ, ਪ੍ਰੀ ਪ੍ਰੋਡਕਸ਼ਨ, ਫਿਰ ਮੀਟਿੰਗਸ, ਬਹੁਤ ਇੱਕ ਲੰਬਾ ਸਫ਼ਰ ਹੁੰਦਾ। ਸੋ ਆਪਣੇ ਸਫ਼ਰ, ਤੁਹਾਡਾ ਸਫ਼ਰ ਕਿੱਦਾਂ ਦਾ ਰਿਹਾ ਇਹ ਫਿਲਮ ਤੱਕ ਪਹੁੰਚਣ ਦਾ? ਫਿਲਮ ਤੱਕ ਪਹੁੰਚਣ ਦਾ ਸਫ਼ਰ, ਮੈਂ ਤੁਹਾਨੂੰ ਸੱਚੀ ਦੱਸਾਂ, ਮੈਨੂੰ ਇੱਦਾਂ ਲੱਗਦਾ ਵੀ ਰੱਬ 'ਤੇ ਵਿਸ਼ਵਾਸ ਹੈ ਮੈਨੂੰ ਬਹੁਤ ਜ਼ਿਆਦਾ, ਅਤੇ ਮੈਨੂੰ ਪਤਾ ਨਹੀਂ ਲੱਗਿਆ ਅੱਜ ਤੱਕ ਕਿ ਵੀ ਜਿਹੜੀ ਚੀਜ਼ ਮੇਰੇ ਲਈ ਲਿਖੀ ਹੈ ਨਾ ਉਹ ਮੇਰੇ ਤੱਕ ਆਪ ਪਹੁੰਚ ਜਾਂਦੀ ਹੈ। ਮੈਂ ਸੀਰੀਅਸਲੀ ਇਹੋ ਜਿਹਾ ਕਦੇ ਮਤਲਬ ਲਾਈਕ ਕੋਈ ਹਾਂ ਇਹ ਵੀ ਇਹੀ ਸੀ,
ਤੇ ਮੈਂ ਕਦੇ ਏਦਾਂ ਨਹੀਂ ਕੀਤਾ ਵੀ ਲਾਈਕ ਕਿਸੇ ਨਾਲ ਜ਼ਿਆਦਾ ਲਾਈਕ ਉੱਠ ਬੈਠ ਰਹੇ ਹਾਂ ਜਸਟ ਬਿਕੋਜ਼ ਆਫ ਫੋਰ ਦ ਸੇਕ ਆਫ ਵਰਕ ਔਰ ਸਮਥਿੰਗ ਲਾਈਕ ਦੈਟ। ਇਹੋ ਜਿਹਾ ਕੁਛ ਵੀ ਨਹੀਂ ਹੈ ਮੈਨੂੰ ਅੱਜ ਤੱਕ, ਜਿੰਨੀਆਂ ਚੀਜ਼ਾਂ ਔਫਰ ਹੋਈਆਂ ਬਾਈ ਗੋਡਸ ਗ੍ਰੇਸ ਆਪ ਹੀ ਔਫਰ ਹੋ ਗਈਆਂ ਸੀਰੀਅਸਲੀ। ਸੋ ਅਗਰ ਮੈਂ ਗੱਲ ਕਰਾਂ ਸਾਰੀ ਸਟਾਰਕਾਸਟ ਦੀ, ਸਭ ਇੱਕ ਤੋਂ ਇੱਕ ਵਧੀਆ ਆਰਟਿਸਟ ਹੈ, ਇੱਕ ਤੋਂ ਇੱਕ ਵਧੀਆ ਮੰਜੇ ਹੋਏ ਐਕਟਰਸ ਹੈ, ਲੇਕਿਨ ਸਟਿਲ ਸੈੱਟ 'ਤੇ, ਮੈਂ ਸੱਚੀ ਦੱਸਾਂ ਸੈੱਟ ਬਾਰੇ ਪੁੱਛਣਾ ਚਾਹੂੰਗੀ, ਸੈੱਟ 'ਤੇ ਸਭ ਤੋਂ ਜ਼ਿਆਦਾ ਸ਼ਰਾਰਤੀ ਕੌਣ ਰਿਹਾ? ਸੈੱਟ 'ਤੇ ਸ਼ਰਾਰਤੀ ਤਾਂ ਬਹੁਤ ਡਿਸਿਪਲਿਨ ਸੀਗਾ ਓਨੈਸਟਲੀ, ਕਿਉਂਕਿ 30 ਦਿਨ ਦਾ 28 ਦਿਨ ਦਾ ਸ਼ਡਿਊਲ ਸੀਗਾ ਜਿਹੜਾ ਅਸੀਂ 24-25 ਦਿਨ 'ਚ ਕਰਤਾ, ਪਰ ਸ਼ਰਾਰਤ ਨਹੀਂ ਕਹਿ ਸਕਦੇ ਉਹਨੂੰ। ਪਰ ਜਦੋਂ BNG ਐਕਟ ਕਰਦੇ ਸੀ ਨਾ ਫਿਲਮ ਦੇ ਵਿੱਚ, ਤਾਂ ਅਸੀਂ ਕਈ ਵਾਰੀ ਕੱਟ ਕਹਿਣਾ ਭੁੱਲ ਜਾਂਦੇ ਸੀ, ਅਸੀਂ ਆਪ ਹੀ ਸ਼ਰਾਰਤਾਂ ਕਰਨ ਲੱਗ ਪੈਂਦੇ ਸੀ, ਹੱਸਣ ਲੱਗ ਪੈਂਦੇ ਅਤੇ ਉਹ ਐਂ ਦੇਖਦੇ ਸੀ ਹੋ ਗਿਆ ਮੇਰਾ, ਹਾਂਜੀ ਹੋ ਗਿਆ, ਮਤਲਬ ਇਹੋ ਜਿਹਾ ਹਿਸਾਬ ਹੋ ਜਾਂਦਾ ਸੀਗਾ, ਮਤਲਬ ਇੰਨਾ ਕਮਾਲ। ਤਾਂ ਤੁਸੀਂ ਕੁਐਸਚਨ ਪੁੱਛ ਰਹੇ ਹੋ, ਜਿਨ੍ਹਾਂ ਨੇ ਸਭ ਤੋਂ ਸੈੱਟ 'ਤੇ ਸਭ ਤੋਂ ਜ਼ਿਆਦਾ ਸ਼ਰਾਰਤਾਂ ਕੀਤੀਆਂ, ਉਹਨਾਂ 'ਤੇ ਤਾਂ ਤੁਸੀਂ ਕੁਐਸਚਨ ਪੁੱਟ ਔਨ ਕੀਤਾ ਆ, ਸਾਨੂੰ ਪੁੱਛੋ। ਤੁਸੀਂ ਦੱਸੋ ਫਿਰ ਇਹਨਾਂ ਦੀ ਕਿਸ ਤਰ੍ਹਾਂ ਦੀ ਸ਼ਰਾਰਤਾਂ ਕਰਦੇ ਨੇ, ਕਿਉਂਕਿ ਇੱਥੇ ਤਾਂ ਬਹੁਤ ਆਰਾਮ ਨਾਲ ਬੈਠੇ ਨੇ ਇੱਕਦਮ, ਹੈ ਨਾ, ਇੱਦਾਂ ਵੀ ਬਹੁਤ, ਕਿਉਂਕਿ ਹੁਣ ਤਾਂ ਦੇਖੋ 2 ਦਿਨ ਬਾਅਦ ਫਿਲਮ ਰਿਲੀਜ਼ ਹੈ, ਇੱਕ ਟੈਨਸ਼ਨ ਵੀ ਹੋਏਗੀ, ਲੇਕਿਨ ਸੈੱਟ 'ਤੇ ਕਿੱਦਾਂ ਦੇ ਨੇ ਸਰ? ਨਹੀਂ ਉੱਦਾਂ ਤਾਂ ਸਰ ਦੇਖਣ ਨੂੰ ਬਹੁਤ ਲਾਈਕ ਇੱਦਾਂ ਸੀਰੀਅਸ ਲੱਗਦੇ ਆ, ਬਟ ਉਹਨਾਂ ਦਾ ਨਾ ਇੱਕ ਸਰਕਾਜ਼ਮ ਹੈ, ਲਾਈਕ ਇੱਕ ਫਨੀ ਐਲੀਮੈਂਟ ਹੈ ਕਿ ਵੀ ਉਹ ਬਿਲਕੁਲ ਇੱਦਾਂ ਸੀਰੀਅਸ ਹੋ ਕੇ ਵੀ ਜੋਕ ਕਰਕੇ ਨਿਕਲ ਜਾਂਦੇ ਆ, ਉਹਨੂੰ ਬਾਅਦ 'ਚੋਂ ਪਤਾ ਲੱਗਦਾ ਵੀ ਹਾਂ ਓਕੇ ਠੀਕ ਹੈ, ਹਾਂ ਇਹ ਹੋਈ ਹੈ ਬੇਇੱਜ਼ਤੀ, ਬੇਇੱਜ਼ਤੀ ਕਰਕੇ ਨਿਕਲਿਆ ਸਰ ਉਹਨੇ। ਸੋ ਉਹ ਚੀਜ਼ ਬਹੁਤ ਮਤਲਬ ਮੈਨੂੰ ਵਧੀਆ ਲੱਗਿਆ, ਬਹੁਤ ਵਧੀਆ ਰਿਹਾ ਆਪਣਾ ਸਰ ਨਾਲ ਕੰਮ, ਬਹੁਤ ਵਧੀਆ ਐਕਸਪੀਰੀਅੰਸ ਰਿਹਾ। ਅੱਛਾ ਭੂਮਿਕਾ ਜੀ ਤੁਹਾਡੇ ਸਾਹਮਣੇ ਬੈਠੇ ਇਸ ਕਰਕੇ ਨਹੀਂ, ਲੇਕਿਨ ਅਗਰ ਮੈਂ ਐਕਚੁਅਲੀ ਪੁੱਛਾਂ, ਤੁਸੀਂ ਸੋਚ ਲਓ ਭੂਮਿਕਾ ਜੀ ਇੱਥੇ 2 ਮਿੰਟ ਲਈ ਨਹੀਂ ਬੈਠੇ, ਐਜ਼ ਐਨ ਆਰਟਿਸਟ, ਐਜ਼ ਐਨ ਐਕਟਰੈਸ, ਜੋ ਤੁਸੀਂ ਇਹਨਾਂ ਤੋਂ, ਕਿਉਂਕਿ ਅਸੀਂ ਇਹਨਾਂ ਨੂੰ ਸੋਸ਼ਲ ਮੀਡੀਆ 'ਤੇ ਇੰਨਾ ਜ਼ਿਆਦਾ ਦੇਖਿਆ, ਇਹਨਾਂ ਦੇ ਜਿੰਨਾ ਵੀ ਕੋਈ ਵੀ ਕੰਮ ਆਉਂਦਾ, ਇਹਨਾਂ ਦੇ ਆਪਣੀ ਇੱਕ ਫੈਨ ਫੋਲੋਇੰਗ ਹੈ, ਬਹੁਤ ਵੱਡੀ ਟੱਚਵੁੱਡ ਇੱਕ ਆਡੀਅੰਸ ਹੈ, ਲੇਕਿਨ ਜਦੋਂ ਤੁਸੀਂ ਇਹਨਾਂ ਤੋਂ ਐਜ਼ ਐਨ ਆਰਟਿਸਟ ਕੰਮ ਕਰਵਾਇਆ, ਤਾਂ ਕੀ ਇਹ ਤੁਹਾਡੀਆਂ ਉਮੀਦਾਂ 'ਤੇ ਖਰੇ ਉਤਰੇ, ਜਾਂ ਜੋ ਵੀ ਕੈਰੈਕਟਰ ਇਹਨਾਂ ਨੂੰ ਮਿਲਿਆ ਸੀ, ਕੀ ਇਹਨਾਂ ਨੇ ਬਾਖੂਬੀ ਨਿਭਾਇਆ ਉਸਨੂੰ? ਇਹਨਾਂ ਨੂੰ ਇਗਨੋਰ ਕਰੋ। ਨਹੀਂ ਨਹੀਂ ਬਿਲਕੁਲ ਇਗਨੋਰ ਹੈ, ਮੈਂ ਸਿਰਫ ਇੰਨਾ ਹੀ ਕਹੂੰਗਾ ਕਿ 29 ਮਾਰਚ ਨੂੰ ਇਹ ਤੁਹਾਨੂੰ ਜਵਾਬ ਮਿਲੂਗਾ 101%। ਔਰ ਮੈਂ ਲਿਖ ਕੇ ਦੇਣਾ, ਭੂਮਿਕਾ ਨੇ ਅੱਜ ਤੱਕ ਜਿੰਨੇ ਕੰਮ ਕੀਤੇ, ਮੈਂ ਸਪੈਸ਼ਲੀ ਇਹਦੇ ਕੰਮ ਦੇਖੇ ਕਿ ਕਿਤੇ ਸਾਡੇ ਤੋਂ ਕਮੀ ਪੇਸ਼ੀ ਤਾਂ ਨਹੀਂ ਰਹਿ ਗਈ, ਵੀ ਇਹ ਕੁਝ ਜ਼ਿਆਦਾ ਵਧੀਆ ਤਾਂ ਨਹੀਂ ਕਰਕੇ ਹਟ ਗਈ ਅਤੇ ਇਹੀ ਘਟਾ ਲਿਆ ਹੋਵੇ, ਬਟ ਇਹ ਰੀਅਲ 'ਚ ਵੀ ਖੂਬਸੂਰਤ ਹੈ। ਅਤੇ ਮੈਂ ਇਹ ਕਹੂੰਗਾ ਜਿੰਨੀਆਂ ਫਿਲਮਾਂ ਕੀਤੀਆਂ ਸ਼ਾਇਦ ਕੁਛ ਕੋਈ ਡਾਰਕ ਸੀ, ਇਹ ਸੀ, ਇਹਦੇ 'ਚ ਇੰਨੀ ਕੁ ਬਿਊਟੀਫੁੱਲ ਲੱਗੀ ਹੈ। ਮੈਂ ਤੁਹਾਨੂੰ ਇੱਕ ਕੰਪਲੀਮੈਂਟ ਇਹ ਦੇਣਾ ਚਾਹ ਰਿਹਾ ਕਿ DI ਜਦੋਂ ਫਿਲਮ ਦੀ ਚੱਲਦੀ ਹੈ ਨਾ, ਫਿਲਮ 'ਚ ਡਾਇਲੋਗ ਨਹੀਂ ਹੁੰਦੇ, ਸਾਇਲੈਂਟ ਸੀਨ ਕਰੈਕਸ਼ਨਸ ਹੁੰਦੀਆਂ, ਅਤੇ ਉਹ DI ਵਾਲਾ ਨਾ ਮੈਨੂੰ 4-5 ਵਾਰੀ ਨਾ ਵਿਚਾਰਾ ਹੈਜੀਟੇਸ਼ਨ ਸੀ ਕੈਮਰਾਮੈਨ ਨੂੰ, ਅਰੇ ਕੈਮਰਾਮੈਨ ਕਹਿੰਦਾ ਸਰ ਆ ਗਏ ਸਵਾਲ ਕਰੋ ਨਾ, ਕਹਿੰਦਾ ਸਰ ਇਹ ਪੁੱਛਣਾ ਤਾ ਕਿ ਇਹ ਲੜਕੀ ਕੌਣ ਹੈ? ਮੈਂ ਕਿਹਾ ਕਿਉਂ? ਕਹਿੰਦਾ ਯਾਰ ਬਹੁਤ ਕਮਾਲ ਲੱਗ ਰਹੀ ਹੈ। ਮੈਂ ਕਿਹਾ ਇਹ ਤਾਂ ਕੋਈ ਬੋਲੀ ਬੋਲੀ ਵੀ ਨਹੀਂ, ਤੈਨੂੰ ਕਮਾਲ ਕਿਉਂ ਲੱਗੀ ਜਾਂਦੀ ਹੈ? ਕਹਿੰਦਾ ਬਹੁਤ ਕਮਾਲ ਲੱਗ ਰਹੀ ਹੈ, ਐਨਰਜੀ ਲੱਗ ਰਹੀ ਹੈ, ਕਹਿੰਦਾ ਇੱਕ ਅਲੱਗ ਸੀ। ਦੈਟਸ ਅ ਕੰਪਲੀਮੈਂਟ, ਥੈਂਕ ਯੂ ਸਰ, ਮੈਨੂੰ ਇਹ ਪਤਾ ਨਹੀਂ ਥਾ। ਉਹਨੇ DI ਕਰਦੀ ਵਿਚਾਰੇ ਨੇ, ਮੈਨੂੰ ਲੱਗਦਾ 100 ਘੰਟੇ ਦਾ ਕੰਮ ਹੁੰਦਾ DI ਦਾ, ਇਹਦੇ ਚੱਕਰ 'ਚ ਮੈਨੂੰ ਲੱਗਦਾ 120 ਘੰਟੇ ਲਾਤੇ ਹੋਣੇ ਐਕਸਟਰਾ। ਬੜੀਆ ਨਾ, ਉਸਨੇ ਕਿੰਨੀ ਸ਼ਿੱਦਤ ਸੇ ਮੇਰੇ ਸੀਨ ਪੇ ਵਰਕ ਕੀਆ ਹੋਗਾ, ਅੱਧਾ ਅੱਧਾ ਘੰਟਾ ਇੱਦਾਂ ਦੇਖਦੇ ਰਹਿੰਦੇ ਹੋਣ ਵੀ ਆਏ ਕਿੰਨੀ ਪਿਆਰੀ। ਮੈਂ ਤਾਂ ਹੁਣ ਆਪ ਇੱਦਾਂ ਐਕਸਾਈਟਿਡ ਹਾਂ, ਮਤਲਬ ਲਾਈਕ ਮੈਨੂੰ ਪਤਾ ਮੇਰੇ ਕੋਲ ਫੋਟੋਜ਼ ਵੀ ਹੈਗੀਆਂ, ਅਤੇ ਉਹ ਮੇਰੀ ਬੈਸਟ ਫੋਟੋਜ਼ ਹੈ ਹੁਣ ਤੱਕ ਵੀ, ਜਿੰਨੀ ਮੈਂ ਮਤਲਬ ਲਾਈਕ ਕਲੈਪਰ ਨਾਲ ਪਿਕ ਕਲਿੱਕ ਕੀਤੀ ਸੀ ਨਾ, ਬਹੁਤ ਸੋਹਣੀ ਲੁੱਕ, ਸੱਚੀ ਉਸ ਇਹ ਮੂਵੀ 'ਚ ਮੇਰੀ ਸਭ ਤੋਂ ਸੋਹਣੀ ਲੁੱਕ ਹੈ। ਇੰਟਰੋਡਕਸ਼ਨ ਦੇਖੋਗੇ ਨਾ ਜਦੋਂ, ਮਤਲਬ ਉਸ ਵਕਤ ਇੱਕ ਸਸਪੈਂਸ ਵੀ ਆਊਗਾ, ਅਤੇ ਇੱਕ ਇੱਕ ਹੁੰਦਾ ਨਾ ਸੋਬਰ, ਮਤਲਬ ਵੇ, ਮਤਲਬ ਉਹ ਜੋ ਇੰਟਰੋਡਕਸ਼ਨ ਹੈ ਖੜੀ ਹੋਈ ਹੈ, ਮਤਲਬ ਐਂ ਲੱਗੂਗਾ ਤੁਹਾਨੂੰ ਹਾਏ ਕੁਛ ਬੋਲ ਦੇਵੇ, ਮਤਲਬ ਮੁੰਡਿਆਂ ਨੂੰ ਤਾਂ ਐਂ ਲੱਗਣਾ ਕਿ ਯਾਰ ਕੁਛ ਕੁਛ ਤਾਂ ਬੋਲ ਦੇਵੇ ਵੀ ਸਾਡੇ ਵੱਲ ਤਾਂ ਐਂ ਹੀ ਦੇਖ ਲਵੇ।
ਸੋ ਅੱਛਾ ਜੀ ਚਲੋ ਇਹਨਾਂ ਨੂੰ ਤਾਂ ਅੱਜ ਮੈਂ ਕਹਿੰਦੀ ਹਾਂ ਰਾਤੀ ਵੀ ਬਟਰਫਲਾਈਜ਼, ਜਿਵੇਂ ਇੰਟਰਵਿਊ ਤੋਂ ਪਹਿਲੇ ਕਹਿ ਰਹੇ ਸੀਗੇ ਹੁਣ ਨਾ ਨੀਂਦ 'ਚ ਵੀ 29 ਮਾਰਚ ਹੀ ਸੁਣਦੀ ਆ, ਅੱਜ ਮੈਨੂੰ ਲੱਗਦਾ ਨੀਂਦ 'ਚ ਤੁਹਾਨੂੰ ਇਹੀ ਕੰਪਲੀਮੈਂਟ ਸੁਣੀ ਜਾਣਾ, ਅੱਜ ਤਾਂ ਦਿਨ ਬਣ ਗਿਆ ਦੇਖੋ। ਕੰਪਲੀਮੈਂਟ ਮੈਂ ਤੁਹਾਨੂੰ ਵੀ ਦੇਣਾ ਚਾਹੂੰਗੀ, ਤੁਸੀਂ ਬਹੁਤ ਸੋਹਣੇ ਕਲਰ ਦਾ ਸੂਟ ਪਾਇਆ, ਤੁਸੀਂ ਬਹੁਤ ਸੋਹਣੇ ਲੱਗ ਰਹੇ ਹੋ ਸੱਚੀ। ਮੈਨੂੰ ਨੀਂਦਿਆਂ ਨਹੀਂ, ਨਿੰਜਾ ਜੀ ਦੀ ਮੈਂ ਗੱਲ ਕਰਾਂ, ਬਨਿੰਦਰ ਬਣੀ ਜੀ ਆਪਣੇ ਆਪ ਦੇ ਵਿੱਚ ਮੰਝੋਏ ਕਲਾਕਾਰ, ਅਗੇਨ ਮੈਂ ਕਹਿ ਰਹੀ ਹਾਂ ਕਿ ਇੱਕ ਤੋਂ ਇੱਕ ਚੜ੍ਹਦੀ ਸਟਾਰ ਕਾਸਟ ਲਿੱਤੀ ਹੈ ਪੰਜਾਬੀ ਸਿਨੇਮਾ ਦੇ ਵਿੱਚ, ਕਾਮੇਡੀ ਫਿਲਮਾਂ ਬਣਦੀਆਂ ਰਹਿੰਦੀਆਂ ਨੇ, ਇੱਕ ਜ਼ੋਨਰ ਹੈ। ਅੱਛਾ ਇੱਕ ਇਹਨੂੰ ਸਵਾਲ ਨੂੰ ਗਲਤ ਤਰੀਕੇ ਨਾਲ ਨਹੀਂ ਲੈਣਾ, ਲੇਕਿਨ ਇੱਦਾਂ ਨਾ ਹੋਵੇ, ਇੱਦਾਂ ਤਾਂ ਨਹੀਂ ਹੋਏਗਾ ਕਿ ਆਡੀਅੰਸ ਸੇਮ ਕਾਮੇਡੀ ਤਾਂ ਨਹੀਂ ਹੈ, ਮਤਲਬ ਲੋਕ ਕਹਿਣਗੇ ਕਿ ਯਾਰ ਇਹ ਕਾਮੇਡੀ ਸ਼ਾਇਦ ਪਹਿਲਾਂ ਵੀ ਦੇਖੀ ਹੋਈ ਹੈ, ਇੱਦਾਂ ਤਾਂ ਨਹੀਂ ਹੋ ਜਾਏਗਾ? ਨਹੀਂ ਤੁਸੀਂ ਟ੍ਰੇਲਰ ਦੇਖਿਆ ਹੀ ਆ? ਜੀ ਬਿਲਕੁਲ ਦੇਖਿਆ। ਹਾਂ ਮੈਨੂੰ ਦੱਸੋ ਅੱਜ ਤੱਕ ਕੋਈ ਇਹੋ ਜਿਹਾ ਟ੍ਰੇਲਰ ਤੁਸੀਂ ਦੇਖਿਆ ਹੋਵੇ ਤਾਂ, ਮਤਲਬ ਜਦੋਂ ਦਾ ਸਿਨੇਮਾ, ਮੈਂ ਤਾਂ ਇਹ ਗੱਲ ਕਹੂੰਗਾ ਜਦੋਂ ਦਾ, ਜਾਂ ਪਿਛਲੇ 10-15 ਸਾਲ ਦੇ ਵਿੱਚ ਤੁਸੀਂ BNG ਨੂੰ ਐਂ ਕਰਦੇ ਦੇਖਿਆ ਹੋਵੇ, ਜਾਂ ਨਿੰਜੇ ਨੂੰ ਐਂ ਕਰਦੇ ਦੇਖਿਆ ਹੋਵੇ, ਜਾਂ ਕਿਸੇ ਵੀ ਐਕਟਰ ਹੀਰੋ ਨੂੰ ਐਂ ਕਰਦੇ ਦੇਖਿਆ ਹੋਵੇ, ਅਤੇ ਇਸ ਤਰੀਕੇ ਦਾ ਟ੍ਰੇਲਰ ਹੋਏ ਨਹੀਂ ਹੈ, ਮਤਲਬ ਬਿਲਕੁਲ ਵੀ ਨਹੀਂ ਹੈ। ਹਾਂ ਬਾਕੀ ਹੈ ਕਿ ਫਿਲਮ ਕਮਰਸ਼ੀਅਲ ਹੈ, ਇਹਦੇ 'ਚ ਹਿਊਮਰ ਵੀ ਹੈ, ਡਾਇਲੋਗ ਵੀ ਉਹੋ ਜਿਹੇ ਹੈਗੇ, ਵਿੱਚ ਫਨੀ ਮੂਮੈਂਟਸ ਹੈਗੀਆਂ, ਉਹ ਕਮਰਸ਼ੀਅਲ ਵੈਲਿਊਜ਼ ਹੈਗੀਆਂ, ਪਰ ਜਿਹੜਾ ਵਿੱਚ ਵਿੱਚ ਥੋੜ੍ਹਾ ਥੋੜ੍ਹਾ ਇਮੋਸ਼ਨਸ ਹੈ ਉਹ ਅਸੀਂ ਹਿਡਨ ਰੱਖਿਆ ਹਾਲੇ। ਸਾਡਾ ਸਭ ਤੋਂ ਬੜਾ ਮੈਨੂੰ ਲੱਗਦਾ ਹਿਡਨ ਪੈਕੇਜ ਤਾਂ ਤੁਹਾਡੇ ਕੋਲ ਇਹੀ ਹੈ ਨਾ, 100% ਹਿਡਨ ਹੈ। ਅੱਛਾ ਆਖਰੀ ਇੱਕ ਦੋ ਸਵਾਲ ਹੋਣਗੇ ਕਿ ਪ੍ਰੀਤ ਕਮਲ ਦੀ ਵੀ ਨਿੰਜਾ ਜੀ ਦੇ ਨਾਲ ਫਸਟ ਫਿਲਮ ਹੈ ਇਹ, ਸੋ ਪ੍ਰੀਤ ਕਮਲ ਜੀ ਦੀ ਲੁੱਕਸ 'ਤੇ ਜਾਂ ਜੋ ਵੀ ਇੱਕ ਲਵ ਸਟੋਰੀ ਵੀ ਹੈ ਕਿਤੇ ਨਾ ਕਿਤੇ, ਔਰ ਜਿਵੇਂ ਪ੍ਰੀਤ ਆਪਣੇ ਇੰਟਰਵਿਊ 'ਚ ਦੱਸਦੇ ਸੀਗੇ ਕਿ ਜੋ ਵੀ ਬਾਅਦ 'ਚ ਪੰਗੇ ਪੈਣਗੇ, ਕਿਸ ਤਰੀਕੇ ਨਾਲ ਸਾਰੀਆਂ ਚੀਜ਼ਾਂ ਹੋਣਗੀਆਂ, ਆਪਾਂ ਟ੍ਰੇਲਰ ਦੇਖੀ ਵੀ ਅੰਦਾਜ਼ਾ ਲਗਾਓ ਇੱਕ ਲਵ ਸਟੋਰੀ ਦੇ ਇਰਦ ਗਿਰਦ ਹੀ ਘੁੰਮੇਗਾ, ਸੋ ਪ੍ਰੀਤ ਦਾ ਕੈਰੈਕਟਰ ਔਰ ਨਿੰਜਾ ਜੀ ਦੀ ਜਿਹੜੀ ਕੈਮਿਸਟਰੀ ਹੈ ਕਿ ਦਰਸ਼ਕਾਂ ਨੂੰ ਪਸੰਦ ਆਏਗੀ? 100% ਸੋ ਭੂਮਿਕਾ ਜੀ ਆਖਰੀ ਸਵਾਲ ਹੈ, 29 ਮਾਰਚ ਨੂੰ ਫਿਲਮ ਰਿਲੀਜ਼ ਹੋਣ ਜਾ ਰਹੀ ਹੈ, ਫੈਮਿਲੀ ਦਾ ਕਿੰਨਾ ਸਪੋਰਟ ਆ ਗਿਆ, ਅਤੇ ਕੌਣ ਕੌਣ ਦੋਸਤ ਕਿਸ ਤਰ੍ਹਾਂ ਦਾ ਸਪੋਰਟ ਹਾਲੇ ਤੱਕ ਮਿਲ ਰਿਹਾ ਫੈਮਿਲੀ ਵੱਲੋਂ ਔਰ ਆਪਣੇ ਵੱਲੋਂ? ਯਾਦ ਆਇਆ, ਇਸ ਫਿਲਮ ਨੂੰ ਯੂ ਸਰਟੀਫਿਕੇਟ ਮਿਲਿਆ, ਮਤਲਬ ਬੱਚਿਆਂ ਨਾਲ ਤੁਸੀਂ ਆਰਾਮ ਨਾਲ ਜਾ ਕੇ ਫਿਲਮ ਦੇਖੋ, ਸਾਰੇ ਬੈਠ ਕੇ ਇਕੱਠੇ ਦੇਖ ਸਕਦੇ ਹੋ, ਇਹੋ ਜਿਹਾ ਕੁਛ ਨਹੀਂ ਹੈ ਐਲੀਮੈਂਟ ਵੀ ਜਿਹਦੇ 'ਚ ਔਕਵਰਡ ਹੋ ਜਾਣ ਸਾਰੀ ਫੈਮਿਲੀ ਇਕੱਠੇ ਬੈਠੇ, ਸੋ ਬਹੁਤ ਵਧੀਆ ਤਰੀਕੇ ਨਾਲ ਬਣਾਈ ਹੈ ਮੂਵੀ। ਅਤੇ ਤੁਸੀਂ ਇਹ ਪੁੱਛਿਆ ਕਿ ਵੀ ਲਾਈਕ ਮੇਰੇ ਆਲੇ ਹਾਂ ਜਿੰਨੇ ਫਰੈਂਡ ਸਰਕਲ, ਸਾਰਿਆਂ ਦਾ ਬਹੁਤ ਵਧੀਆ ਰਿਸਪੋਂਸ ਹੈ, ਮਤਲਬ ਮੈਕਸੀਮਮ ਨੇ ਮੈਨੂੰ ਇਹ ਕਿਹਾ ਕਿ ਵੀ ਆਪਾਂ ਦੇਖਣ ਜਾਵਾਂਗੇ, ਤੈਨੂੰ ਦੇਖਣ ਜਾਵਾਂਗੇ, ਅਸੀਂ ਤਾਂ ਸਭ ਤੋਂ ਜ਼ਿਆਦਾ ਹੁਣ ਆਪਣੇ ਸਰਕਲ 'ਚ ਕੀ ਹੁੰਦਾ ਫਰੈਂਕਲੀ ਕਹੋ, ਅਤੇ ਉਹਨਾਂ ਨੂੰ ਦੇਖੋ ਭਾਵੇਂ ਤੁਹਾਡਾ 2 ਸਕਿੰਟ ਦਾ ਕੰਮ ਹੋਵੇ, ਪਰ ਤੁਹਾਡਾ ਸਰਕਲ ਸਿਰਫ ਪੂਰੀ ਮੂਵੀ 'ਚ 2-2.5 ਘੰਟੇ ਦੀ ਮੂਵੀ 'ਚ ਤੁਹਾਨੂੰ ਦੇਖਣ ਜਾਂਦਾ ਹੈ, ਸੋ ਉਹੋ ਜਿਹਾ ਮੇਰਾ ਸਰਕਲ ਹੈਗਾ ਹੈ ਕ੍ਰੇਜ਼ੀ, ਸੋ ਉਹ ਸਾਰੇ ਉਹੀ ਉਹ ਮੈਂ ਖੁਦ ਦੇਖੋ ਪਹਿਲੇ ਹੀ ਕਹਿਤਾ ਨਾ, ਮੈਂ ਤੁਹਾਡੇ ਨਾਲ ਜਦੋਂ ਗੱਲ ਕਰੀ ਸੀ ਮੈਂ ਕਿਹਾ ਨਾ ਕਿ ਭੂਮਿਕਾ ਜੀ ਦੀ, ਮਤਲਬ ਅਗਰ ਮੈਂ ਟਿਕਟੋਕ ਦੀ ਗੱਲ ਕਰਾਂ ਜਾਂ ਉਸ ਤੋਂ ਬਾਅਦ ਰੀਲਸ ਦੀ ਗੱਲ ਕਰਾਂ, ਉਹ ਇੱਕ ਉਦੋਂ ਤੋਂ ਮੈਂ ਦੇਖਦੀ ਆ ਰਹੀ ਹਾਂ ਪਰਸਨਲੀ ਕਿ ਇਹਨਾਂ ਦਾ ਇੱਕ ਟੱਚਵੁੱਡ ਇੱਕ ਆਡੀਅੰਸ ਹੈ, ਮੈਂ ਬਾਰ ਬਾਰ ਟੱਚਵੁੱਡ ਕਹਿ ਰਹੀ ਹਾਂ ਵੀ ਹੈ ਨਾ, ਦੇਖੋ ਵੁੱਡ ਪਈ ਹੈ ਲਾਗੇ, ਸੋ ਉਹ ਤਾਂ ਮੈਂ ਪਹਿਲੇ ਹੀ ਕਹਿਤਾ, ਇੱਦਾਂ ਨਾ ਹੋਵੇ ਕਿ ਪ੍ਰੀਮੀਅਰ 'ਤੇ ਅਸੀਂ ਪਹੁੰਚੋਈਏ, ਜਿੱਦਾਂ ਹੀ ਐਂਟਰੀ ਹੋਵੇ ਮੈਂ ਕਹਿੰਦੀ ਹਾਂ ਉਸ ਟਾਈਮ ਜ਼ਿਆਦਾ ਹੂਟਿੰਗ ਹੋ ਜਾਏ, ਸੋ ਉਸ ਮੂਮੈਂਟ ਦਾ ਤਾਂ ਆਈ ਵਿਸ਼ ਮੈਨੂੰ ਵੀ ਵੇਟ ਹੈ, ਸੋ ਵਿਸ਼ ਯੂ ਆਲ ਦਾ ਵੈਰੀ ਬੈਸਟ ਫੋਰ ਫੇਰ ਮਾਮਲਾ ਗੜਬੜ ਹੈ 29 ਮਾਰਚ ਨੂੰ, ਐਂਡ ਆਈ ਹੋਪ ਜਿਸ ਤਰ੍ਹਾਂ ਟ੍ਰੇਲਰ ਮੈਨੂੰ ਪਸੰਦ ਆਇਆ, ਮੈਨੂੰ ਅਲੱਗ ਲੱਗਿਆ, ਔਰ ਔਥੈਂਟੀਸਿਟੀ ਜਿਵੇਂ ਮੈਂ ਕਿਹਾ ਪੰਜਾਬੀ ਸਿਨੇਮਾ ਦੀ ਦੁਬਾਰਾ ਦੇਖਣ ਨੂੰ ਮਿਲ ਰਹੀ ਹੈ, ਆਡੀਅੰਸ ਨੂੰ ਵੀ ਓਨੀ ਹੀ ਪਿਆਰੀ ਲੱਗੇ, ਥੈਂਕ ਯੂ ਸੋ ਮਚ। ਥੈਂਕ ਯੂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਜਾਂਦੇ ਹੋਏ ਦੋ ਵਰਡ, ਜਾਂਦੇ ਹੋਏ ਨੂੰ ਬਸ ਫਿਰ ਮਾਮਲਾ ਗੜਬੜ ਹੈ 29 ਮਾਰਚ ਨੂੰ, ਸਾਗਰ ਮਿਲੂਗਾ ਵੋਟੀ ਦੇ ਨਾਲ, ਸਾਗਰ ਦੀ ਵੋਟੀ ਲੈਂਦੀ। ਕਿੰਨਾ ਵੈਸੇ ਮੈਂ ਸੱਚੀ ਦੱਸਾਂ, ਮੈਂ ਤਾਂ ਇਰੀਟੇਟ ਹੋ ਗਈ, ਤੁਸੀਂ ਇਰੀਟੇਟ ਹੋਏ ਇਸ ਗਾਣੇ? ਮੈਂ ਸੱਚੀ, ਮੇਰਾ ਨਾਮ ਤੁਹਾਡਾ ਤਾਂ ਬੰਦਾ ਹੈ, ਮੈਂ ਕਿਹਾ ਯਾਰ ਸੁਣਿਆ ਨਹੀਂ ਸੀਗਾ, ਜਦੋਂ ਮੈਂ ਹੁਣ ਸੁਣਿਆ ਆ।
ਰੀਸੈਂਟਲੀ, ਫਿਰ ਉਸ ਤੋਂ ਬਾਅਦ ਮੈਂ ਤਾਂ ਗਾ ਕੇ ਆਈ ਹਾਂ ਸਟੇਜ 'ਤੇ ਸਿਟੀ ਯੂਨੀਵਰਸਿਟੀ ਕਹਿ ਕੇ, ਸਪੈਸ਼ਲੀ ਵੀ ਸਾਗਰ ਸਰ ਨਹੀਂ ਹੈਗੇ, ਅੱਜ ਆਪਾਂ ਗਾਣਾ ਗਾ ਸਕਦੇ ਹਾਂ, ਸੋ ਤੁਸੀਂ ਤਾਂ ਹੋਗੇ ਹੋਗੇ ਇਰੀਟੇਟ ਹੈ ਨਾ? ਬਸ ਨਹੀਂ, ਮੈਂ ਖੁਸ਼ ਹੋ ਰਿਹਾ ਕਿਉਂਕਿ ਸਾਗਰ ਆ ਰਿਹਾ। ਸੋ ਫਿਰ ਮਾਮਲਾ ਗੜਬੜ ਹੈ, ਆ ਰਹੀ ਹੈ ਜੀ 29 ਮਾਰਚ ਨੂੰ, ਅੱਜ ਸਮਾਂ ਬਹੁਤ ਘੱਟ ਸੀਗਾ, ਨਹੀਂ ਤਾਂ ਭੂਮਿਕਾ ਨਾਲ ਤਾਂ ਮੈਂ ਪਰਸਨਲੀ ਵੀ ਇਹਨਾਂ ਨੂੰ ਬੜਾ ਪਸੰਦ ਕਰਦੀ ਹਾਂ, ਅਤੇ ਇਹਨਾਂ ਨਾਲ ਤਾਂ ਗੱਲਾਂ ਹੋਣੀਆਂ, ਔਰ ਸਾਗਰ ਜੀ ਕੋਲ ਮੈਨੂੰ ਲੱਗਦਾ ਕਿ ਐਜ਼ ਅ ਡਾਇਰੈਕਟਰ, ਐਜ਼ ਅ ਸੀਨੀਅਰ ਆਰਟਿਸਟ ਬਹੁਤ ਕੁਛ ਹੁੰਦਾ ਸਿੱਖਣ ਨੂੰ ਜੋ ਮਿਲ ਸਕਦਾ, ਅਤੇ ਗੱਲਾਂ ਤਾਂ ਕਦੇ ਨਹੀਂ ਮੁੱਕ ਸਕਦੀਆਂ, ਸਪੈਸ਼ਲੀ ਆਰਟਿਸਟ ਦੀਆਂ ਬਹੁਤ ਇੱਕ ਦੂਜੇ ਤੋਂ ਇਹਨਾਂ ਨੂੰ ਹੁੰਦਾ, ਅਸੀਂ ਵੀ ਸਿੱਖ ਲਏ, ਇੱਧਰੋਂ ਵੀ ਸਿੱਖ ਲਏ। ਸੋ ਫਿਰ ਮਾਮਲਾ ਗੜਬੜ ਹੈ 29 ਮਾਰਚ ਨੂੰ ਆ ਰਹੀ ਹੈ ਜੀ, ਨਿੰਜਾ ਜੀ ਅਤੇ ਪ੍ਰੀਤ ਕਮਲ ਜੀ ਸਾਡੇ ਇੱਕ ਕਪਲ ਦੀ ਲਵ ਸਟੋਰੀ ਲੈ ਕੇ ਆ ਰਹੇ ਨੇ, ਨਾਲ ਬਾਕੀ ਆਰਟਿਸਟ ਕਿਸ ਤਰੀਕੇ ਨਾਲ ਜਿਹੜਾ ਮਾਮਲਾ ਗੜਬੜ ਹੋਏਗਾ ਕਿ ਸੁਧਰ ਜਾਏਗਾ ਐਂਡ ਤੱਕ, ਉਹ ਸਾਰਾ ਕੁਝ 29 ਮਾਰਚ ਨੂੰ ਹੀ ਪਤਾ ਲੱਗੇਗਾ। ਸੋ ਸਿਨੇਮਾ ਘਰਾਂ ਦੇ ਵਿੱਚ ਜਾ ਕੇ ਜ਼ਰੂਰ ਦੇਖਣੀ ਹੈ ਜੀ। ਕੈਮਰਾਮੈਨ ਸੁਨੀਲ ਦੇ ਨਾਲ ਮੈਂ ਆਕਾਂਕਸ਼ਾ ਸੋਢੀ, ਸਤਿ ਸ਼੍ਰੀ ਅਕਾਲ।